ਸਤਿ ਸ਼੍ਰੀ ਅਕਾਲ ਐਮ ਐਚ ਪਰ ਨਿਊਜ਼ ਦੇ ਵਿੱਚ ਸਾਡੇ ਸਾਰੇ ਦਰਸ਼ਕਾਂ ਦਾ ਜੀ ਆਇਆ। ਮੈਂ ਹਾਂ ਨਵਨੀਤ ਸਿੰਘ ਵਧਵਾ ਤੇ ਲੈ ਕੇ ਹਾਜ਼ਰ ਹਾਂ ਆਮੋ ਸਾਹਮਣੇ ਚ ਜੋ ਸ਼ਖਸੀਅਤ ਅੱਜ ਸਾਡੇ ਨਾਲ ਮੌਜੂਦ ਨੇ, ਕਾਂਗਰਸ ਦੇ ਸਾਬਕਾ ਐਮ ਪੀ ਕਹੀਏ, ਆਮ ਆਦਮੀ ਪਾਰਟੀ ਨੂੰ ਸਪੋਰਟ ਕਰਨ ਵਾਲੇ ਕਹੀਏ, ਜਾਂ ਫਿਰ ਹੁਣ ਇੱਕ ਨਵੀਂ ਜ਼ਿੰਮੇਵਾਰੀ ਤ੍ਰਿਣਮੂਲ ਕਾਂਗਰਸ ਦੇ ਪੰਜਾਬ ਦੇ ਪ੍ਰਧਾਨ ਜਗਮੀਤ ਸਿੰਘ ਬਰਾੜ ਜੀ ਇਸ ਵੇਲੇ ਸਾਡੇ ਨਾਲ ਨੇ। ਸਰ ਬਹੁਤ ਮਿਹਰਬਾਨੀ ਨਵਨੀਤ ਜੀ, ਥੈਂਕ ਯੂ ਸੋ ਮਚ। ਮੈਂ ਹੁਣ ਸ਼ੁਰੂਆਤ ਕਰਾਂਗਾ ਇਹ ਗੱਲਬਾਤ ਦੀ, ਅੱਜ ਜਿਹੜੀ ਇੱਕ ਨਵੀਂ ਜ਼ਿੰਮੇਵਾਰੀ, ਕਿਉਂਕਿ ਅੱਜ ਹੀ ਤੁਹਾਨੂੰ ਜ਼ਿੰਮੇਵਾਰੀ ਦਿੱਤੀ, ਅੱਜ ਹੀ ਤੁਹਾਡੇ ਨਾਲ ਮੁਲਾਕਾਤ ਕਰਨ ਦਾ ਮੌਕਾ ਔਰ ਗੱਲਬਾਤ ਕਰਨ ਦਾ ਮੌਕਾ ਵੀ ਮਿਲ ਗਿਆ। ਤ੍ਰਿਣਮੂਲ ਕਾਂਗਰਸ ਦਾ ਪੰਜਾਬ ਪ੍ਰਧਾਨ ਬਣਾਇਆ ਜਾਣਾ ਕਿ ਚੁਣੌਤੀਆਂ ਭਰਾ ਸਫ਼ਰ, ਤੁਹਾਨੂੰ ਨਹੀਂ ਲੱਗਦਾ ਕਿ ਇੱਕ ਵੱਡੀ ਚੁਣੌਤੀ ਹੈ ਤ੍ਰਿਣਮੂਲ ਕਾਂਗਰਸ ਪਾਰਟੀ, ਜਿਹੜੀ ਬੰਗਾਲ ਦੀ ਸਭ ਤੋਂ ਵੱਡੀ ਪਾਰਟੀ, ਜਿਹੜੀ ਉੱਥੇ ਸਰਕਾਰ ਚਲਾ ਰਹੀ ਹੈ, ਉਹਦਾ ਪੰਜਾਬ ਦੀਆਂ ਚੋਣਾਂ 'ਚ ਆਉਣਾ? ਨਵਨੀਤ, ਤੁਸੀਂ ਬਹੁਤ ਠੀਕ ਕਿਹਾ ਕਿ ਤੁਹਾਡਾ ਚੈਨਲ ਅਤੇ ਤੁਸੀਂ ਉਹਨਾਂ ਸਹਾਫੀਆਂ 'ਚੋਂ ਜਿਨ੍ਹਾਂ ਨੇ ਬਹੁਤ ਐਕਟਿਵਲੀ ਅੱਜ ਦੇ ਦੇਣੀ ਮੈਨੂੰ ਇਮੀਡੀਏਟਲੀ ਇਹ ਫਰੈਸ਼ ਕੁਐਸਚਨ ਕੀਤਾ, ਔਰ ਮੇਰੀ ਫਸਟ ਇੰਟਰਵਿਊ ਹੈ, ਮੈਂ ਤੁਹਾਡਾ ਰਿਣੀ ਹੈ, ਤੁਸੀਂ ਅੱਛੇ ਸ਼ਬਦ ਕਹੇ ਨੇ। ਤ੍ਰਿਣਮੂਲ ਕਾਂਗਰਸ ਔਰ ਮਮਤਾ ਜੀ ਨਾਲ ਮੇਰਾ ਸੰਨ 1983 ਦਾ ਸੰਬੰਧ ਹੈ, ਜਦੋਂ ਅਸੀਂ ਇਕੱਠੇ ਅਖਿਲ ਭਾਰਤੀ ਯੁਵਾ ਕਾਂਗਰਸ ਦੇ ਜਨਰਲ ਸੈਕਟਰੀ ਬਣਾਏ ਗਏ। ਉਹ ਪੰਜਾਬ ਦੇ ਇੰਚਾਰਜ ਸਨ ਔਰ ਮੈਂ ਵੈਸਟ ਬੰਗਾਲ ਦਾ ਇੰਚਾਰਜ ਸੀ। ਸੋ ਇਹ ਸੁਮੇਲ ਜਿਹੜਾ ਵਿਚਾਰਧਾਰਾ ਅਤੇ ਸਿਧਾਂਤ ਦਾ ਸੁਮੇਲ ਹੈ। ਮਮਤਾ ਜੀ ਨੇ ਜਦੋਂ ਕੱਲ੍ਹ ਧਰਨਾ ਸੀ, 200 ਐਮ ਪੀ ਉਹਨਾਂ ਦਾ ਸਾਥ ਦੇ ਰਹੇ ਹੈ, 45 ਐਮ ਪੀ 40 ਉਹਨਾਂ ਦੀ ਆਪਦੀ ਪਾਰਟੀ ਦੇ ਹੈ, ਮੈਨੂੰ ਉਹਨਾਂ ਨੇ ਕਿਹਾ ਕਿ ਟਾਈਮ ਵਕਤ ਆ ਗਿਆ ਕਿ ਜਦੋਂ ਦੇਸ਼ ਦੀ ਲੜਾਈ ਲੜਨ ਜਾ ਰਹੇ ਹੈ ਇਸ ਨੋਟਬੰਦੀ ਦੇ ਮਸਲੇ 'ਤੇ, 77 ਬੰਦੇ ਮਰ ਚੁੱਕੇ ਹੈ, ਔਰ ਜਗਮੀਤ ਭਾਈ ਇਸ ਸੰਘਰਸ਼ ਮੇਂ ਤੁਮੇ ਮੇਰੇ ਸਾਥ ਚੱਲਣਾ ਹੋਗਾ। ਮੈਂ ਕਿਹਾ ਆਪਕਾ ਸਿੰਘੂਰ ਕਾ ਸੰਘਰਸ਼ ਜੋ ਕਿਸਾਨੀ ਕੇ ਲਈ ਆਪਨੇ ਕੀਆ, ਜੋ ਦੂਸਰੀ ਵਾਰ ਆਪ ਮੁੱਖ ਮੰਤਰੀ ਬਣੇ ਹੈ, ਇਤਨੀ ਬੜੀ ਮੈਂ ਸਮਝਦਾ ਹਾਂ ਦੇਸ਼ ਦੀ ਸਨਮਾਨਿਤ ਲੀਡਰ ਹੈ, ਮੈਂ ਉਹਨਾਂ ਨੂੰ ਉਹਨਾਂ ਦੀ ਖਾਂ ਛਾਂ ਮਿਲਾਈ, ਉਹਨਾਂ ਦਾ ਹੁਕਮ ਮੰਨਿਆ, ਔਰ ਉਹਨਾਂ ਨੇ ਮੈਨੂੰ ਪੰਜਾਬ ਹੀ ਨਹੀਂ ਇਹ ਵੀ ਕਿਹਾ ਹੈ ਕਿ ਹਰਿਆਣਾ, ਹਿਮਾਚਲ, ਰਾਜਸਥਾਨ, ਦਿੱਲੀ ਔਰ ਉੱਤਰ ਪ੍ਰਦੇਸ਼ ਦੇ ਅੰਦਰ ਜਿਹੜੀ ਤ੍ਰਿਣਮੂਲ ਹੈ, ਬਿਕੋਜ਼ ਕਾਂਗਰਸ ਡਿਕੇ ਹੋ ਰਹੀ ਹੈ, ਕਾਂਗਰਸ ਦੇ ਕੁਛ ਹਿੱਸਿਆਂ 'ਚ ਕੇਵਲ ਰਜਵਾੜੇ ਲੀਡਰ ਹੈ, ਸਰਮਾਏਦਾਰ ਲੀਡਰ ਹੈ, ਪੈਸਿਆਂ ਵਾਲੇ ਬੰਦੇ ਲੀਡਰ ਹੈ, ਜਿਨ੍ਹਾਂ ਦੇ ਸਵਿਸ ਬੈਂਕਾਂ 'ਚ ਅਕਾਊਂਟ ਆ ਚੁੱਕੇ ਹੈ, ਚੈੱਕ ਨੰਬਰ ਆ ਚੁੱਕੇ ਹੈ, ਉਹਨਾਂ ਵੱਲ ਲੋਕ ਦੇਖਦੇ ਹੈ ਕਿ ਕਿਸੇ ਪਿੱਟੇ ਲੀਡਰ ਹੈਗੇ ਹੈ। ਮਮਤਾ ਬੈਨਰਜੀ ਇਹ ਜਿਹੜੀ ਨਵੀਂ ਰੈਵੋਲਿਊਸ਼ਨ ਭਾਰਤ ਜਨਮ ਲੈ ਰਹੀ ਹੈ, ਮੇਰੀ ਗੱਲ ਅੱਜ ਦੀ ਯਾਦ ਰੱਖਣਾ, ਮੈਂ 2016 'ਚ ਇਹ ਕਹਿ ਰਿਹਾ ਕਿ ਜਦੋਂ 2019 ਆਏਗਾ, ਜਿਸ ਤਰ੍ਹਾਂ ਕਦੇ ਨਰਿੰਦਰ ਮੋਦੀ ਨੇ ਦੇਸ਼ ਦਾ ਬਟਵਾਰਾ ਕਰਕੇ ਉਹ ਲੀਡ ਕਰ ਰਹੇ ਹੈ ਕੰਟਰੀ ਨੂੰ, ਮਮਤਾ ਬੈਨਰਜੀ ਦੇਸ਼ ਨੂੰ ਬਟਵਾਰੇ ਦੀ ਬਜਾਏ ਪਿਆਰ ਨਾਲ ਆਪਦੀ ਛੋਟੀ ਸੂਈ ਹੈ ਚਾਹੇ ਸਿਉਣ ਦੀ, ਉਹ ਸਿਉਏਗੀ, ਉਹ ਸਟਿਚ ਕਰੇਗੀ, ਔਰ ਭਾਰਤ ਵਰਸ਼ ਇੱਕ ਨਵਾਂ ਇਨਕਲਾਬ ਦੇਖੇਗਾ ਕਿ ਇੱਥੇ ਵੋਟਾਂ ਦਾ ਵੰਡੋ ਪਾੜੋ ਅਤੇ ਰਾਜ ਕਰੋ ਨਹੀਂ, ਸਗੋਂ ਇੱਕ ਬੜੀ ਸਹਾਨੁਭੂਤੀ ਨਾਲ ਉਹ ਦੇਸ਼ 'ਚ ਅੱਗੇ ਵਧਣਗੇ। ਬੁੱਧਵਾਰ ਨੂੰ ਜੰਤਰ ਮੰਤਰ 'ਤੇ ਜਦੋਂ ਦੁਪਹਿਰ ਦੇ 1 ਵਜੇ ਦੇ ਲਾਗੇ ਜਗਮੀਤ ਬਰਾੜ ਨੂੰ ਮੰਚ 'ਤੇ ਵੇਖਿਆ ਤਾਂ ਥੋੜ੍ਹੀ ਖਟਕ ਜ਼ਰੂਰ ਮੰਚ 'ਚ ਹੋਈ ਕਿ ਤ੍ਰਿਣਮੂਲ ਕਾਂਗਰਸ ਦੇ ਮੰਚ 'ਤੇ ਜਿਹੜਾ ਕਿ ਜੰਤਰ ਮੰਤਰ 'ਤੇ ਇੱਕ ਧਰਨਾ ਦਿੱਤਾ ਜਾ ਰਿਹਾ ਸੀ, ਇੱਕ ਵਿਰੋਧ ਆਪਣਾ ਕੀਤਾ ਜਾ ਰਿਹਾ ਸੀ, ਉੱਥੇ ਜਗਮੀਤ ਬਰਾੜ ਸੰਬੋਧਿਤ ਕਰੇ, ਤਾਂ ਤੋਂ ਖਿਆਲ ਸੀ ਕਿ ਕਿਤੇ ਤ੍ਰਿਣਮੂਲ ਕਾਂਗਰਸ ਨਾਲ ਕੋਈ ਸੰਬੰਧ ਤਾਂ ਨਹੀਂ ਜੁੜਨ ਵਾਲਾ, ਹੁਣ ਚੂੰਕਿ ਸੰਬੰਧ ਵੀ ਜੁੜ ਗਿਆ ਅਤੇ ਸਵਾਲ ਮੇਰਾ ਹੈ ਕਿ ਪੰਜਾਬ ਲਈ ਇਹ ਸੰਬੰਧ ਜਿਹੜਾ ਇੱਕ ਜ਼ਿੰਮੇਵਾਰੀ ਤੁਹਾਨੂੰ ਦਿੱਤੀ ਗਈ ਹੈ, ਕਿੰਨੂ ਕੁ ਵੱਡੀ ਜ਼ਿੰਮੇਵਾਰੀ ਪੰਜਾਬ ਨੂੰ ਲੈ ਕੇ ਤੁਸੀਂ ਸੋਚਦੇ ਹੋ? ਦੇਖੋ, ਪੰਜਾਬ ਦੇ ਵਿੱਚ ਇਸ ਵੇਲੇ ਅਕਾਲੀ ਦਲ ਅਤੇ ਕਾਂਗਰਸ ਦੇ ਵਿੱਚ ਮੇਰੀ ਇਹ ਭਵਿੱਖਬਾਣੀ ਹੈ, ਮੈਂ ਬਹੁਤ ਦੇਰ ਦਾ ਕਹਿ ਰਿਹਾ ਕਿ 15 ਦਿਨਾਂ ਤੱਕ ਪਰਮੂਟੇਸ਼ਨ ਅਤੇ ਕੋਂਬੀਨੇਸ਼ਨ ਪੰਜਾਬ ਦੀ ਪੋਲੀਟਿਕਸ 'ਤੇ ਬੜੀ ਤੇਜ਼ੀ ਨਾਲ ਬਦਲ ਰਹੇ ਨੇ। ਅਜੇ ਤੱਕ ਨੋਟੀਫਿਕੇਸ਼ਨ ਇਸ਼ੂ ਨਹੀਂ ਹੋਇਆ, ਕਾਂਗਰਸ ਮਜਬੂਰ ਹੈ ਕਿਉਂਕਿ ਅਮਰਿੰਦਰ ਸਿੰਘ ਡਰਾ ਕੇ ਉਹਨਾਂ ਨੂੰ ਪ੍ਰਧਾਨ ਬਣੇ ਨੇ, ਪ੍ਰੈਸ਼ਰ ਨਾਲ ਪ੍ਰਧਾਨ ਬਣੇ ਨੇ, ਇਸ ਕਰਕੇ ਤ੍ਰਿਣਮੂਲ ਕਾਂਗਰਸ ਦਾ ਜਿਹੜਾ ਭਵਿੱਖ ਹੈ ਪੰਜਾਬ ਦੇ ਵਿੱਚ, ਉਹ ਮੈਂ ਇੰਨਾ ਉਜਵਲ ਦੇਖ ਰਿਹਾ ਕਿ ਦਾ ਰੀਅਲ ਕਾਂਗਰਸ ਇਨ ਪੰਜਾਬ ਜਿਹੜੀ ਹੈਗੀ ਹੈ, ਇਸ਼ੂ ਬੇਸ ਜਿਹੜੀ ਹੈ ਉਹ ਮਮਤਾ ਬੈਨਰਜੀ ਜੀ ਦੀ ਅਗਵਾਈ ਨਾਲ ਆਏਗੀ, ਪਰ ਅਸੀਂ ਅਨਕੰਡੀਸ਼ਨਲ ਸਪੋਰਟ ਆਮ ਆਦਮੀ ਪਾਰਟੀ ਨੂੰ ਐਕਸਟੈਂਡ ਕਰ ਚੁੱਕੇ ਹਾਂ। ਮੈਂ ਇਸ ਮੂਵਮੈਂਟ ਨੂੰ ਖੜੌਤ ਨਹੀਂ ਆਉਣ ਦਿਆਂਗਾ, ਉਹਦੇ 'ਚ ਸਹਾਈ ਹੋਵਾਂਗਾ, ਕਿਉਂਕਿ ਮੈਂ ਕੋਈ ਟਿਕਟ ਦੀ ਮੰਗ ਨਹੀਂ ਕਰ ਰਿਹਾ, ਕਿਸੇ ਬੰਦੇ ਲਈ ਟਿਕਟ ਦੀ ਮੰਗ ਨਹੀਂ ਕਰ ਰਿਹਾ, ਮੈਂ ਇਹ ਚਾਹੁੰਦਾ ਕਿ ਅਕਾਲੀ ਦਲ, ਭਾਜਪਾ ਅਤੇ ਕਾਂਗਰਸ ਤੋਂ ਮੁਕਤ ਹੋ ਕੇ ਪੰਜਾਬ 2017 ਦੇ ਵਿੱਚ ਇੱਕ ਨਵੀਂ ਸਵੇਰ ਚੜ੍ਹੇ, ਉਸ ਸਵੇਰ ਦੇ ਚਾਨਣ ਨਾਲ ਔਰ ਉਸ ਸਵੇਰ ਦੀ ਮੈਂ ਸਮਝਦਾ ਲਹਿਰ ਦੇ ਨਾਲ ਅਸੀਂ ਹਿੰਦੁਸਤਾਨ ਜਿੱਤੀਏ, ਔਰ ਕੁਮਾਰੀ ਮਮਤਾ ਬੈਨਰਜੀ ਜਿਹੜੇ ਨੇ ਉਹ ਦੇਸ਼ ਦੀ ਅਗਵਾਈ ਕਰਨ। ਪੰਜਾਬ 'ਚ ਤੁਸੀਂ ਕਹਿ ਰਹੇ ਹੋ ਅਨਕੰਡੀਸ਼ਨਲ ਸਪੋਰਟ ਆਮ ਆਦਮੀ ਪਾਰਟੀ ਨੂੰ,
ਇਹ ਗੱਲ ਪਹਿਲੇ ਵੀ ਹੋ ਰਹੀ ਸੀ ਜਦੋਂ ਤੁਸੀਂ ਇੱਕ ਪ੍ਰੈਸ ਕਾਨਫਰੰਸ ਸਾਂਝੇ ਤੌਰ ਤੇ ਆਮ ਆਦਮੀ ਪਾਰਟੀ ਦੇ ਆਗੂਆਂ ਨਾਲ ਕੀਤੀ ਸੀ ਤਾਂ ਸਾਫ਼ ਤੌਰ ਤੇ ਕਿਹਾ ਗਿਆ ਸੀ ਕਿ ਸ਼ਮੂਲੀਅਤ ਨਹੀਂ ਹੈ ਲੇਕਿਨ ਮੇਰਾ ਸਮਰਥਨ ਬਿਨਾਂ ਕਿਸੇ ਸ਼ਰਤਾਂ ਤੋਂ ਆਮ ਆਦਮੀ ਪਾਰਟੀ ਦੇ ਨਾਲ ਹੈ। ਬਿਲਕੁਲ ਬਿਲਕੁਲ, ਪਿਛਲੇ ਦਿਨੀ ਅਰਵਿੰਦ ਕੇਜਰੀਵਾਲ ਨੇ ਚਾਏ ਤੇ ਚਰਚਾ ਜਦੋਂ ਘਰ ਕੀਤੀ ਤਾਂ ਤੁਸੀਂ ਵੀ ਉੱਥੇ ਆਏ ਸੀਗੇ, ਕਈ ਗੱਲਾਂ ਬਾਤਾਂ ਹੋਈਆਂ। ਹੁਣ ਸਵਾਲ ਸਿੱਧਾ ਹੈ ਕਿ ਸਮਰਥਨ ਜ਼ਰੂਰ ਹੈ, ਕੀ ਲੱਗਦਾ ਕਿ TMC ਦਾ ਗੱਠਜੋੜ ਹੋਏਗਾ ਪੰਜਾਬ 'ਚ ਆਮ ਆਦਮੀ ਪਾਰਟੀ ਦੇ ਨਾਲ? ਦੇਖੋ ਇਹ ਗੱਲ ਮੈਂ ਸਮਝਦਾ ਕਿ ਪੋਲਿਟਿਕਸ ਜਿਹੜੀ ਹੈਗੀ ਹੈ ਵਿਚਾਰ ਅਤੇ ਸਿਧਾਂਤ ਦੀ, ਉਹ ਬੜੀਆਂ ਸੰਭਾਵਨਾਵਾਂ ਦੇ ਆਲੇ ਦੁਆਲੇ ਚੱਲਦੀ ਹੈ ਕਿ ਪੰਜਾਬ ਦੇ ਲੋਕਾਂ ਦੇ ਮਨ ਵਿੱਚ ਅਗਰ CPM ਅਤੇ ਕਾਂਗਰਸ ਨੂੰ ਹਰਾਇਆ ਜਾ ਸਕਦਾ ਤ੍ਰਿਣਮੂਲ ਵੱਲੋਂ ਇਕੱਠਿਆਂ ਨੂੰ ਇਨ ਬੰਗਾਲ, ਜਿਨ੍ਹਾਂ ਦੀਆਂ ਇੰਨੀਆਂ ਜੜ੍ਹਾਂ ਸੀ, ਜਿਨ੍ਹਾਂ ਨੇ 35 ਸਾਲ ਰਾਜ ਕੀਤਾ, ਤਾਂ ਅਕਾਲੀ ਦਲ ਅਤੇ ਕਾਂਗਰਸ ਨੂੰ ਵੀ ਹਰਾਇਆ ਜਾ ਸਕਦਾ। ਆਮ ਆਦਮੀ ਪਾਰਟੀ ਇਸ ਵੇਲੇ ਆਗਰਣੀ ਹੈ, ਜਿਨ੍ਹਾਂ ਨੇ 2 ਸਾਲ ਤੋਂ ਉਹਨਾਂ ਦੇ ਵਾਲੰਟੀਅਰਸ ਨੇ ਕੰਮ ਕੀਤਾ। ਮੇਰੀ ਇਹ ਦਿਲ ਦੀ ਇੱਛਾ ਹੈ ਕਿ ਉਹਨਾਂ ਵਾਲੰਟੀਅਰਸ ਦੇ ਕੰਮ ਨੂੰ ਅਨਕੰਡੀਸ਼ਨਲੀ ਅਸੀਂ ਸਪੋਰਟ ਕਰਕੇ ਤ੍ਰਿਣਮੂਲ ਕਾਂਗਰਸ ਦਾ ਬਲ ਹੈ ਜਿਹੜਾ ਮਮਤਾ ਬੈਨਰਜੀ ਦਾ, ਉਹ ਬਲ ਵੀ ਅਸੀਂ ਇਸ ਮੂਵਮੈਂਟ ਨੂੰ ਦੇਈਏ ਔਰ ਇਹਦਾ ਸ਼੍ਰੇਅ ਜਿਹੜਾ ਉਹ ਮਮਤਾ ਬੈਨਰਜੀ ਨੂੰ ਜਾਵੇ ਕਿ ਪੰਜਾਬ ਦੀ ਜਿਹੜੀ ਜਿੱਤ ਹੈ ਉਹਨਾਂ ਦੇ ਉਸ ਵਿੱਚ ਉਸ ਲੀਡਰ ਦਾ ਵੀ ਵੱਡਾ ਯੋਗਦਾਨ ਹੈ। ਇਸ ਕਰਕੇ ਮੈਂ ਗੱਠਬੰਧਨ ਤਾਂ, ਕਿਉਂਕਿ ਪਹਿਲਾਂ ਤਾਂ ਆਮ ਆਦਮੀ ਪਾਰਟੀ ਦੀ ਆਪਣੀ ਇੱਕ ਫਲਸਫਾ ਹੈ, ਲੇਕਿਨ ਉਹ ਪਹਿਲਾਂ ਅਲਾਇੰਸ ਨਹੀਂ ਕਰਦੇ ਸੀ, ਉਹ ਕਹਿੰਦੇ ਸੀ ਅਸੀਂ ਅਲਾਇੰਸ ਨਹੀਂ ਕਰਨਾ ਕਿਉਂਕਿ ਅਸੀਂ ਅਲਾਇੰਸ ਦੇ ਵਿੱਚ ਯਕੀਨ ਨਹੀਂ ਰੱਖਦੇ, ਲੇਕਿਨ ਉਹਨਾਂ ਨੇ ਅਲਾਇੰਸ ਕੀਤਾ ਹੁਣ ਲੇਟਲੀ, ਔਰ ਇਹ ਉਹਨਾਂ ਦੀ ਆਪਣੀ ਸੋਚ ਹੈਗੀ ਆ ਕਿਹਨਾਂ ਸਰਕਮਸਟੈਂਸਿਸ ਦੇ ਵਿੱਚ ਉਹਨਾਂ ਨੇ ਇਹ ਅਲਾਇੰਸ ਕੀਤਾ। ਪਰ ਮੈਂ ਮਾਣਯੋਗ ਸੰਜੇ ਸਿੰਘ ਨੂੰ ਜਾਣਦਾ, ਬਹੁਤ ਕੈਪੇਬਲ, ਬਹੁਤ ਪੋਲੀਟੀਕਲੀ ਮੈਚੋਰ ਲੀਡਰ ਹੈਗਾ। ਉਹਨਾਂ ਨੇ ਮੈਨੂੰ ਫੋਨ 'ਤੇ ਦੱਸਿਆ ਸੀਗਾ ਕਿ ਕਿੰਨੀਆਂ ਕਿੰਨਾ ਪ੍ਰਸਥਿਤੀਆਂ ਦੇ ਵਿੱਚ ਇਹ ਗੱਲਾਂ ਹੋ ਰਹੀਆਂ ਹੈਗੀਆਂ। ਸੋ ਆਈ ਥਿੰਕ ਦੇਰ ਵਰ ਸਮ ਇਨਰ ਡਿਫੀਕਲਟੀਜ਼ ਜਿਹੜੀਆਂ ਹਰ ਪਾਰਟੀ 'ਚ ਹੁੰਦੀਆਂ, ਉਹ ਫੇਸ ਕਰ ਰਹੇ ਸੀ ਉਹਨਾਂ ਚੈਲੇਂਜਸ ਨੂੰ। ਤੋ ਪਰ ਮਾਈ ਸਪੋਰਟ ਟੂ ਦਾ ਆਮ ਆਦਮੀ ਪਾਰਟੀ ਐਂਡ ਤ੍ਰਿਣਮੂਲ ਕਾਂਗਰਸ ਸਪੋਰਟ ਟੂ ਦਾ ਆਮ ਆਦਮੀ ਪਾਰਟੀ ਇਜ਼ ਅਨਕੰਡੀਸ਼ਨਲ, ਬਟ ਇਟ ਵਿਲ ਡਿਪੈਂਡ ਇਨ ਦਾ ਕਮਿੰਗ ਡੇਜ਼ ਕਿ ਮਮਤਾ ਜੀ ਅਤੇ ਅਰਵਿੰਦ ਕੇਜਰੀਵਾਲ ਜੀ ਇਕੱਠੇ ਬੈਠ ਕੇ ਪੰਜਾਬ ਬਾਰੇ ਇੱਕ ਯੂਨੈਨਮਸ ਔਰ ਇੱਕ ਸਾਂਝਾ ਵਿਚਾਰ, ਯਾਨੀ ਕਿ ਸੰਭਾਵਨਾਵਾਂ ਹੋ ਸਕਦੀਆਂ ਨੇ ਤ੍ਰਿਣਮੂਲ ਕਾਂਗਰਸ ਦੇ ਟਿਕਟ 'ਤੇ ਕੁਝ ਬੰਦਿਆਂ ਦੇ ਚੋਣ ਲੜਨ ਦੀ ਪੰਜਾਬ 'ਚ? ਅਗਰ ਮਮਤਾ ਜੀ ਇਹ ਚਾਹੁਣਗੇ ਅਤੇ ਅਰਵਿੰਦ ਕੇਜਰੀਵਾਲ ਜੀ ਇਹ ਚਾਹੁਣਗੇ ਤਾਂ ਇਹ ਸੰਭਾਵਨਾਵਾਂ ਹੋ ਸਕਦੀਆਂ ਹੈ। ਔਰ ਮੈਂ ਇਹ ਚਾਹੁੰਦਾ, ਤੁਸੀਂ ਜ਼ਿਕਰ ਕੀਤਾ ਨਾ ਹੁਣੇ ਕਿ ਜੋ ਸਿਚੁਏਸ਼ਨ ਹਾਲ ਦੇ ਕੁਛ ਦਿਨਾਂ 'ਚ ਬਣੀ ਹੈ ਆਮ ਆਦਮੀ ਪਾਰਟੀ ਨੂੰ ਲੈ ਕੇ, ਉਹਨਾਂ ਨੂੰ ਵੀ ਲੱਗ ਰਿਹਾ ਕਿ ਸ਼ਾਇਦ ਹੁਣ ਗੱਠਜੋੜ ਕਰਨਾ ਚਾਹੀਦਾ। ਜਦੋਂ ਬੈਂਸ ਬ੍ਰਦਰਸ ਨੇ, ਉਹਨਾਂ ਨੇ ਵੀ ਜੁਆਇਨਿੰਗ ਨਹੀਂ ਕੀਤੀ, ਉਹਨਾਂ ਨੇ ਵੀ ਗੱਠਜੋੜ ਕੀਤਾ ਆਪਣੀ ਪਾਰਟੀ ਦਾ ਆਮ ਆਦਮੀ ਪਾਰਟੀ ਦੇ ਨਾਲ, ਔਰ ਜਦੋਂ ਉਹ ਵੀ ਪ੍ਰੈਸ ਕਾਨਫਰੰਸ ਹੋ ਰਹੀ ਸੀ ਤਾਂ ਸਵਾਲ ਤੁਹਾਨੂੰ ਲੈ ਕੇ ਵੀ ਪੁੱਛਿਆ ਗਿਆ ਗੁਰਪ੍ਰੀਤ ਗੁੱਗੀ ਤੋਂ, ਉਹਨਾਂ ਨੇ ਇਹੀ ਕਿਹਾ ਕਿ ਅਨਕੰਡੀਸ਼ਨਲ ਸਪੋਰਟ, ਉਹਨਾਂ ਨੇ ਕਦੇ ਕੋਈ ਸ਼ਰਤ ਸਾਡੇ ਸਾਹਮਣੇ ਨਹੀਂ ਰੱਖੀ, ਉਹਨਾਂ ਨੇ ਸਮਰਥਨ ਸਾਨੂੰ ਕੀਤਾ ਹੈ, ਬਾਕੀ ਇਹਨਾਂ ਨੇ ਸਾਡੇ ਨਾਲ ਗੱਠਜੋੜ ਕੀਤਾ, ਆਉਣ ਵਾਲੇ ਸਮੇਂ 'ਚ ਹੋਰ ਪ੍ਰਸਥਿਤੀਆਂ ਥੋੜ੍ਹੀ ਜਿਹੀਆਂ ਸਾਫ਼ ਹੋ ਜਾਣਗੀਆਂ। ਯਾਨੀ ਕਿ ਲੱਗ ਰਿਹਾ ਕਿ ਤ੍ਰਿਣਮੂਲ ਕਾਂਗਰਸ ਦਾ ਵੀ ਗੱਠਜੋੜ ਪੰਜਾਬ 'ਚ ਆਮ ਆਦਮੀ ਪਾਰਟੀ ਨਾਲ ਹੋ ਸਕਦਾ ਹੈ। ਬਹੁਤ ਅੱਛਾ ਸਵਾਲ ਹੈ ਗੁਰਪ੍ਰੀਤ ਜੀ, ਇਸ ਇੰਟਰਵਿਊ ਦਾ ਬੜਾ ਜ਼ਹੀਨ ਔਰ ਬੜਾ ਡੂੰਘਾ ਤੁਹਾਡਾ ਕੁਐਸਚਨ ਹੈ। ਆਈ ਐਲ ਨੋਟ ਮਿੰਸ ਵਰਡਸ, ਕਿਉਂਕਿ ਤੁਸੀਂ ਬਹੁਤ ਇੱਕ ਪਿਆਰੇ ਔਰ ਇੱਕ ਮੁਹੱਬਤ ਨਾਲ ਲਿਬਰੇਜ਼ ਸਹਾਫੀ ਨੇ ਮੇਰੇ 'ਤੇ ਪ੍ਰਸ਼ਨ ਕੀਤਾ, ਮੈਂ ਝੂਠ ਨਹੀਂ ਕਹੂੰਗਾ। ਦੇਖੋ ਪੰਜਾਬ ਦੀਆਂ ਜਿਹੜੀਆਂ 20 ਦੇ ਕਰੀਬ ਅਰਬਨ ਸੀਟਾਂ ਹੈ, ਉਹਨਾਂ ਸੀਟਾਂ ਦਾ ਜਿਹੜਾ ਜਿਹੜਾ ਲੋਕਾਂ ਦਾ ਵਿਚਾਰ ਹੈ ਉਹਨੂੰ ਆਮ ਬੰਦਾ ਨਹੀਂ ਸਮਝ ਸਕਦਾ, ਇਨ ਆਮ ਇਨ ਦਾ ਸੈਂਸ ਜਿਹੜੀ ਮੂਵਮੈਂਟ ਟੈਰਰਿਜ਼ਮ ਦੀ ਜਿਹਨੇ ਨਹੀਂ ਲੜੀ। ਪੰਜਾਬ ਬੜੀ ਪੀੜਾ 'ਚੋਂ ਨਿਕਲਿਆ ਹੈਗਾ, ਪੰਜਾਬ ਦੇ ਹਰ ਸੀਟ 'ਤੇ ਲੋਕਾਂ ਦੀ ਆਪਦੀ ਸੋਚ ਹੈ, ਆਪਦੀ ਕਮਿਊਨਿਟੀ ਪ੍ਰਤੀ, ਆਪਦੇ ਫਿਰਕੇ ਪ੍ਰਤੀ, ਆਪਦੇ ਦੋਸਤਾਂ ਪ੍ਰਤੀ, ਆਪਦੇ ਵਿਚਾਰਾਂ ਪ੍ਰਤੀ, ਬੰਦੇ ਦੇ ਅਕਸ ਪ੍ਰਤੀ। ਮੈਂ ਸਮਝਦਾ ਕਿ ਮੈਂ ਤ੍ਰਿਣਮੂਲ ਦੇ ਰਾਹੀਂ ਪੰਜਾਬ ਦੀਆਂ 20-25 ਸੀਟਾਂ 'ਤੇ ਉਹਨਾਂ ਨੂੰ ਬਹੁਤ ਚੰਗੀ ਰਾਏ ਦੇ ਸਕਦਾ। ਫੋਰ ਐਗਜ਼ਾਮਪਲ, ਅਗਰ ਲੁਧਿਆਣੇ ਦੇ ਵਿੱਚ, ਮੈਂ ਮਤਲਬ ਇਹ ਨਹੀਂ ਕਹਿੰਦਾ ਕਿ ਪੰਜਾਬ ਵਿੱਚ ਤਾਂ ਹਿੰਦੂ ਸਿੱਖ ਕੋਈ ਗੱਲ ਨਹੀਂ, ਅਸੀਂ ਪੰਜਾਬੀ ਹੈ ਸਾਰੇ, ਲੇਕਿਨ ਲੁਧਿਆਣਾ ਇਜ਼ ਅ ਅਰਬਨ ਏਰੀਆ, ਯੂ ਨੀਡ ਐਟਲੀਸਟ ਆਊਟ ਆਫ 5-4 ਪੀਪਲ ਆਫ ਦਾ ਸਿਟੀ ਅਰਬਨ, ਮਤਲਬ ਸਤਿਕਾਰਯੋਗ ਹਿੰਦੂ ਭਰਾ ਕੈਂਡੀਡੇਟ ਉੱਥੇ ਚਾਹੀਦੇ। ਇਵੇਂ ਅੰਮ੍ਰਿਤਸਰ ਹੈ, ਇਵੇਂ ਜਲੰਧਰ ਹੈ, ਇਵੇਂ ਬਟਾਲਾ ਹੈ, ਇਸੇ ਤਰੀਕੇ ਨਾਲ 34 SC ਸੀਟਾਂ 'ਤੇ ਆਈ ਕੈਨ ਗਿਵ ਵਿਦ ਆਲ ਮਾਈਟੀਜ਼ ਗ੍ਰੇਸ ਬੜੀ ਚੰਗੀ ਓਪੀਨੀਅਨ ਮੈਂ SC ਸੀਟਾਂ 'ਤੇ ਕਿਵੇਂ ਜਿੱਤਣੀ ਹੈ ਤ੍ਰਿਣਮੂਲ ਅਤੇ ਕੇਜਰੀਵਾਲ ਜੀ ਦੀ ਲੀਡਰਸ਼ਿਪ ਨੂੰ ਦੇ ਸਕਦਾ। ਦਾ ਸੇਮ ਇਜ਼ ਇਨ 69 ਸੀਟਾਂ ਜਿਹੜੀਆਂ ਮਾਲਵੇ ਦੀਆਂ ਹੈ, ਉਹਨਾਂ 69 ਸੀਟਾਂ ਦਾ ਮੈਨੂੰ ਚੱਪੇ ਚੱਪੇ ਦਾ ਗਿਆਨ ਹੈ ਕਿ ਉੱਥੇ ਲੋਕਾਂ ਦੀ ਕੀ ਸੋਚ ਹੈ। ਔਰ ਅਗਰ ਮੈਥੋਂ ਉਹ ਵਿਚਾਰ ਲੈਣਗੇ, ਕਿਉਂਕਿ ਇਹ ਤਾਂ ਮਾਨਯੋਗ ਅਰਵਿੰਦ ਕੇਜਰੀਵਾਲ ਜੀ ਕਹਿ ਚੁੱਕੇ ਨੇ ਕਿ ਕੁਝ ਥਾਵਾਂ 'ਤੇ ਸੰਭਾਵਨਾਵਾਂ ਕੈਂਡੀਡੇਟਸ ਨੂੰ ਬਦਲਣੀਆਂ ਵੀ ਹੋ ਸਕਦੀਆਂ, ਕੁਝ ਥਾਵਾਂ 'ਤੇ ਰਾਏ ਵੀ ਲਈ ਜਾ ਸਕਦੀ ਹੈ, ਪਰ ਅੰਤਿਮ ਨਿਰਣਾ ਉਹਨਾਂ ਦਾ। ਆਈ ਵਿਲ ਨੋਟ ਇੰਟਰਫੇਅਰ, ਆਈ ਵਿਲ ਗਿਵ ਮਾਈ ਫੀਡਬੈਕ, ਦਿਸ ਇਜ਼ ਮਾਈ ਰਿਸਪੋਂਸੀਬਿਲਿਟੀ। ਜਿਵੇਂ ਮੈਂ ਪੰਜਾਬ ਦੇ ਪਾਣੀਆਂ 'ਤੇ
मैं उन्होंने कहा, मैं कहा राखे सी पंजाब दे अकाली दल ते कांग्रेस 64 साल हो गए पैण, इन्हां बंदियां ने पंजाब दे खेत उजड़न दिते, ये बंदियां नूं राखी बिठाया गया सी, इहदी रिस्पोंसिबिलिटी आम आदमी ते नहीं, क्योंकि आम आदमी 2013 दे विच होण दे विच आई है। आम आदमी पार्टी ये जरूर स्टैंड आम आदमी पार्टी का, क्योंकि स्पष्ट कर नहीं सके मैं करदा अरविंद केजरीवाल जी ने जो मेरे नाल गल कीती हैगी है, और जो कि बड़ा जेन्युइन गल उन्होंने कही कि अगर तो पंजाब को पानी ही नहीं, भी बंटवारा तो उस चीज का होता है, पहले देख तो लो बांटने वाली चीज कितनी है। पंजाब हैज नो सरप्लस वाटर, हाउ कैन द SYL वाटर फ्लो, इनजस्टिस एंड वाटर कैन नॉट फ्लो टूगैदर। अरविंद केजरीवाल की आप गल कर रहे थे, उन्होंने क्लीयर कट पॉलिसी ऑन वाटर है जी, मैं आर्टिकुलेट कर रहा तो सामने, उन्होंने हमदर्द होने के नाते। देखो जे कोई यह कहे वो दिल्ली के चीफ मिनिस्टर है कि उन्होंने पीने का पानी भी आप बंद कर देंगे, ये कोई अकलमंदी की गल है? ये अमरिंदर सिंह ते प्रकाश सिंह बादल पॉलिटिक्स कर रहे हैं, वो उन्होंने ऑकवर्ड पोजिशन पाना चाहते हैं कि बताओ क्या स्टैंड है तुम्हारा पानियों के ऊपर, तुमने वो केस विदड्रॉ कर लिया था ना? वो केस जोड़ा है वो सिर्फ रिलेटेड है दिल्ली का जोड़ा पीन का पानी है, कि दिल्ली के पंजाबी नहीं वसते, 80% पंजाबी है, पीन वाला पानी तो देना ही देना है जो साड़ी एग्रीमेंट्स ने, बट जिड़े बाकी फैसले ने उदे बारे अरविंद केजरीवाल जी का क्लीयर स्टैंड है, इफ पंजाब हैज सरप्लस वाटर टू शेयर, पंजाब हैज ऑलरेडी गिवन 70% ऑफ इट्स वाटर शेयर, 70% असी देता, तो जे 30 साडा ये भी तुम ले जाओगे तो फिर कोई देश नाल, लोकां नाल, आवाम नाल, अकलीयतां नाल, बॉर्डर स्टेट है 62-65 दियां जंगां दे बहादुर, 99 दे कारगिलां दे शहीद जिहड़े लोग है, कि तुसी उन्हां दा इंसाफ करोगे? इस करके मैं समझदा कि उन्हां दा इहदे ते क्लीयर स्टैंड है, और मैं होर स्पष्ट कर देंगा आने वाले दिनों, क्योंकि अज तो 22 वरे पहला आ गल मैं ऑन रिकॉर्ड पर लिया चाहना, क्योंकि ट्रेंड सी असी पानी बारे पढ़िया होया सी, पाल सिंह ढिल्लों फॉर्मली चीफ इंजीनियर ऑफ द इरीगेशन डिपार्टमेंट ने किताब लिखी है टेल ऑफ टू रिवर्स, उस किताब का एक एक हवाला मैं हिंदुस्तान की पार्लीमेंट अज तो 22 साल पहला 24 अप्रैल 1994 नूं 12:35 ते मेरा भाषण है हिंदुस्तान की लोक सभा च 1 घंटा, जिदे च मैं अंकड़िया नाल गुरदर्शन सिंह ढिल्लों की किताब है इंडिया कॉमिट सुसाइड, मैं उन्हां दी किताब जिहड़ा चैप्टर 78, 79, 80 क्लॉज जोड़ी गई 66 दे रीऑर्गनाइजेशन एक्ट दे विच पंजाब दा सारा ही कंट्रोल खोलिया गया। ये पहली स्टेट है कि सारे हैडवर्क्स का कंट्रोल सेंटर ने ले लिया, भाखड़ा ब्यास मैनेजमेंट बोर्ड बनाता, पंजाब दे पानियां दी वंड दी जिम्मेवारी उन्होंने दे दित्ती गई, दबा दे नाल पैरे ला के पंजाब दा पानी खटिया, वो मैं सब कोट किया पार्लीमेंट दे विच। इस करके आवर स्टैंड इज़ वेरी क्लीयर कि पंजाब की कोई किसी नाल लड़ाई नहीं, सब साढ़े भरा है, असी मनुख हैं, असी इंसान हैं, असी सूफीइज़म दे महान फलसफे चो पैदा हुए हैं, और अमीर खुसरो दी बड़ी महान नज़म है, पा तोड़नता बोलिया सुन तरवर बन राय, अब के बिछड़े कब मिले दूर पड़ेंगे जाए, सुन के तरवर ने कहा सुनो पात मम बात, ये हमारा स्वभाव है, एक आवत एक जात, इस धरती तो दुनिया ने पानी पी के सारे ने चले जाना है, तो असी आपस थोड़ी लड़ना है। चलो SYL तो लैके घट्टो घट आम आदमी पार्टी का जो स्टैंड है तुहाडे राही पता जरूर लगे सारे दर्शकों। एक ब्रेक लिए मैं इतने रुक रहा बराड़ साहब, ब्रेक तो बाद वापस आवेंगे, फिर जगमीत बराड़ गल होएगी पंजाब की सियासत की, कांग्रेस पार्टी लैके वो की सोच रहे हैं, आम आदमी पार्टी बारे भी गल होएगी, और मौजूदा जी अकाली भाजपा गठबंधन की सरकार हैगी कि एंटी इनकमेंसी फैक्टर रत की विखाई देगा, सारिया गल्ला एक छोटे जे ब्रेक तो बाद।